ਸਤਿ ਸ਼੍ਰੀ ਅਕਾਲ ਦੋਸਤੋ, ਪਹਿਲਾਂ ਤਾਂ ਸਾਡੇ ਯੂਟਿਊਬ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਜਿਹੜੇ ਤੁਸੀਂ ਥੀਮਲੈਂਡ ਵਿੱਚ ਪਿਕਚਰ ਲੋਗੋ ਦੇਖੇ ਆ, ਉਹ ਉਸ ਤਰ੍ਹਾਂ ਦੇ ਲੋਗੋ ਤੁਸੀਂ ਕਿੱਦਾਂ ਤਿਆਰ ਕਰ ਸਕਦੇ ਹੋ? ਸਭ ਤੋਂ ਪਹਿਲਾਂ ਤੁਸੀਂ ਪਿਕਸਲ ਲੈਬ ਐਪਲੀਕੇਸ਼ਨ ਡਾਊਨਲੋਡ ਕਰ ਲੈਣਾ। ਇਸ ਤੋਂ ਬਾਅਦ ਇਸ ਨੂੰ ਓਪਨ ਕਰ ਲੈਣਾ। ਇਸ ਤੋਂ ਬਾਅਦ ਤੁਸੀਂ ਨੀਚੇ ਵਾਈਟ ਬੈਕਗਰਾਊਂਡ ਤੁਸੀਂ ਯੂਜ ਕਰ ਲੈਣਾ। ਇਸ ਤੋਂ ਬਾਅਦ ਤੁਸੀਂ ਜੋ ਸਰਕਲ ਡਬਲ ਸਰਕਲ ਵਾਲਾ ਉੱਥੇ ਤੁਸੀਂ ਕਲਿੱਕ ਕਰਕੇ ਇਸ ਤੋਂ ਬਾਅਦ ਸੇਵਸ, ਇਸ ਤੋਂ ਬਾਅਦ ਤੁਸੀਂ ਇਸ ਨੂੰ ਸਰਕਲ ਕਰ ਲੈਣਾ। ਇਸ ਤੋਂ ਬਾਅਦ ਨੀਚੇ ਤੁਸੀਂ ਕਲਰ ਇਹਦਾ ਤੁਸੀਂ ਆਪਣੀ ਪਸੰਦ ਦਾ ਵੀ ਕਰ ਸਕਦੇ ਹੋ। ਇਸ ਤੋਂ ਬਾਅਦ ਜਿੱਦਾਂ ਆਪਾਂ ਬਲੈਕ ਕਰ ਲਿਆ, ਇਸ ਤੋਂ ਬਾਅਦ ਟਿੱਕ ਦੇ ਆਪਸ਼ਨ 'ਤੇ ਕਲਿੱਕ ਕਰਕੇ ਇੱਧਰ ਆ ਕੇ ਇਸ ਤੋਂ ਬਾਅਦ ਤੁਸੀਂ ਇਮਬੋਸ ਇਸ ਨੂੰ ਇਨੇਬਲਡ ਕਰ ਦੇਣਾ। ਇਸ ਤੋਂ ਬਾਅਦ ਟਿੱਕ ਦੇ ਆਪਸ਼ਨ 'ਤੇ ਕਲਿੱਕ ਕਰ ਦੇਣਾ। ਇਸ ਤੋਂ ਬਾਅਦ ਤੁਸੀਂ ਇਨਰ ਸੈਂਡੋਲ ਜਿਹੜੀ ਲਿਖੀ ਹੈ ਇਸ ਨੂੰ ਇਨੇਬਲ ਕਰਕੇ ਇਹ ਤੁਸੀਂ ਯੈਲੋ ਕਲਰ ਦੀ ਕਰ ਦੇਣੀ ਆ। ਇੱਥੇ ਥੋੜ੍ਹਾ ਜਿਹਾ ਤੁਸੀਂ ਬਲਰ ਇਹਦਾ ਵਧਾ ਦੇਣਾ। ਇਸ ਤੋਂ ਬਾਅਦ ਟਿੱਕ ਦੇ ਆਪਸ਼ਨ 'ਤੇ ਕਲਿੱਕ ਕਰ ਦੇਣਾ। ਇਸ ਤੋਂ ਬਾਅਦ ਇਹਦਾ ਸਾਈਜ਼ ਥੋੜ੍ਹਾ ਵੱਡਾ ਕਰ ਲੈਣਾ। ਇਸ ਤੋਂ ਬਾਅਦ ਤੁਸੀਂ ਇੱਧਰ ਤੁਸੀਂ ਏ 'ਤੇ ਕਰਕੇ ਇਸ ਤੋਂ ਬਾਅਦ ਟੈਕਸਟ ਇੱਥੇ ਤੁਸੀਂ ਜੋ ਨਿਊ ਟੈਕਸਟ ਇਸ 'ਤੇ ਕਲਿੱਕ ਕਰਕੇ ਇਸ ਤੋਂ ਬਾਅਦ ਤੁਸੀਂ ਇੱਦਾਂ ਅੱਖਰ ਲਿਖ ਲੈਣਾ ਜਿੱਦਾਂ ਆਪਾਂ ਏ ਲਿਖ ਲਿਆ ਕਹਿੰਦਾ। ਓਕੇ ਕਰਕੇ ਇਸ ਤੋਂ ਬਾਅਦ ਏ ਦਾ ਸਾਈਜ਼ ਥੋੜ੍ਹਾ ਵਧਾ ਲੈਂਦੇ ਹਾਂ। ਇਸ ਤੋਂ ਬਾਅਦ ਇੱਧਰ ਆ ਕੇ ਇਸ ਤੋਂ ਬਾਅਦ 3D ਟੈਕਸਟ ਇਸ ਨੂੰ ਇਨੇਬਲਡ ਕਰ ਦਿੰਦੇ ਹਾਂ। ਇਸ ਤੋਂ ਬਾਅਦ ਟਿੱਕ ਦੇ ਆਪਸ਼ਨ 'ਤੇ ਕਲਿੱਕ ਕਰ ਦੇਣਾ। ਇਸ ਤੋਂ ਬਾਅਦ ਜੋ ਐਮਬੋਸ ਆ ਇਸ ਨੂੰ ਵੀ ਇਨੇਬਲਡ ਕਰ ਦਿੰਦੇ ਹਾਂ। ਇਸ ਤੋਂ ਬਾਅਦ ਟਿੱਕ ਦੇ ਆਪਸ਼ਨ 'ਤੇ ਕਲਿੱਕ ਕਰ ਦੇਣਾ। ਜੋ ਫਾਊਂਡ ਆ ਉਹ ਆਪਾਂ ਇੱਥੇ ਆਪਣੀ ਪਸੰਦ ਦਾ ਵੀ ਕਰ ਸਕਦੇ ਹੋ ਤੁਸੀਂ, ਜਿੱਦਾਂ ਕਿ ਆਪਾਂ ਪੋਸਟਰ ਦਾ 11ਵਾਂ ਫਾਊਂਡ ਆਪਾਂ ਵਰਤਾਂਗੇ। ਇਸ ਤੋਂ ਬਾਅਦ ਓਕੇ ਕਰ ਦੇਣਾ, ਥੋੜ੍ਹਾ ਸਾਈਜ਼ ਵੱਡਾ ਕਰ ਦੇਣਾ। ਇਸ ਤੋਂ ਬਾਅਦ ਤੁਸੀਂ ਜੋ ਟੈਕਸਟਰ ਲਿਖਿਆ ਉਹ 'ਤੇ ਕਲਿੱਕ ਕਰਕੇ ਇਸ ਤੋਂ ਬਾਅਦ ਆਪਣੀ ਗੈਲਰੀ ਵਿੱਚ ਪਹੁੰਚ ਜਾਵੋਂਗੇ। ਇਸ ਤੋਂ ਬਾਅਦ ਤੁਸੀਂ ਉੱਥੇ ਤੁਸੀਂ ਇੱਦਾਂ ਦਾ ਤੁਸੀਂ ਵਾਲਪੇਪਰ ਤੁਸੀਂ ਡਾਊਨਲੋਡ ਕਰ ਲੈਣਾ। ਇਹਦੀ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਦੇ ਦੂੰਗਾ, ਉੱਥੋਂ ਤੁਸੀਂ ਜਾ ਕੇ ਡਾਊਨਲੋਡ ਕਰ ਸਕਦੇ ਹੋ। ਇੱਦਾਂ ਓਕੇ ਕਰ ਦੇਣਾ। ਇਸ ਤੋਂ ਬਾਅਦ ਤੁਸੀਂ ਬਾਕੀ ਰਹਿੰਦੇ ਵੀ ਅੱਖਰ ਲਿਖ ਲੈਂਦੇ ਹਾਂ। ਇਸ ਤੋਂ ਬਾਅਦ ਟੈਸਟ 'ਤੇ ਕਲਿੱਕ ਕਰ ਦੇਣਾ। ਇਸ ਤੋਂ ਬਾਅਦ ਬਾਕੀ ਰਹਿੰਦੇ ਅੱਖਰ AUL AKH ਜਿੱਦੇ ਆਪਾਂ ਚੈਨਲ ਦਾ ਨਾਮ, ਓਕੇ ਕਰ ਦੇਣਾ। ਇਸ ਤੋਂ ਬਾਅਦ ਇੱਦਾਂ ਤੁਸੀਂ ਸਿੱਧੇ ਕਰਕੇ ਇਹਦਾ ਕਲਰ ਵਾਈਟ ਕਰ ਲੈਣਾ। ਇਸ ਤੋਂ ਬਾਅਦ ਟਿੱਕ ਦੇ ਆਪਸ਼ਨ 'ਤੇ ਕਲਿੱਕ ਕਰ ਦੇਣਾ। ਇਸ ਤੋਂ ਬਾਅਦ ਤੁਸੀਂ ਇਸਦਾ ਵੀ 3D ਟੈਕਸਟ ਇਨੇਬਲਡ ਕਰ ਦੇਣਾ ਅਤੇ ਇਸਦਾ ਇੰਬੋਸ ਵੀ ਤੁਸੀਂ ਇਨੇਬਲਡ ਕਰ ਦੇਣਾ। ਇਸ ਤੋਂ ਬਾਅਦ ਤੁਸੀਂ ਇੱਦਾਂ ਹੀ ਆਪਾਂ ਅਡੈਕਟਿਵਸ ਲਿਖਾਂਗੇ, ਉੱਥੇ ਤੁਸੀਂ ਅਡੈਕਟਿਵਸ ਲਿਖ ਦੇਣਾ। ਅੱਖਰ ਲਿਖਣ ਤੋਂ ਬਾਅਦ ਇੱਦਾਂ ਤੁਸੀਂ ਇੱਥੇ ਆਪਾਂ ਸਟਿੱਕਰ ਲਾਵਾਂਗੇ ਸ਼ੇਰ ਵਾਲਾ ਅਤੇ ਤਾਜ ਵਾਲਾ, ਉਹ ਤੁਸੀਂ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਦੇ ਦੂੰਗਾ, ਉੱਥੇ ਤੁਸੀਂ ਜਾ ਕੇ ਡਾਊਨਲੋਡ ਕਰ ਸਕਦੇ ਹੋ। ਇਸ ਤੋਂ ਬਾਅਦ ਪਲੱਸ ਦੇ ਆਈਕਨ ਦੇ ਕਰਕੇ ਫਰੋਮ ਗੈਲਰੀ, ਇਸ ਤੋਂ ਬਾਅਦ ਆਪਾਂ ਇੱਥੇ ਸ਼ੇਰ ਵਾਲਾ ਸਟਿੱਕਰ ਲਗਾਵਾਂਗੇ ਸਭ ਤੋਂ ਪਹਿਲਾਂ। ਇਸ ਤੋਂ ਬਾਅਦ ਤੁਸੀਂ ਇੱਦਾਂ ਇਸ ਨੂੰ ਥੋੜ੍ਹਾ ਜਿਹਾ ਘੱਟ ਕਰਕੇ ਇੱਦਾਂ ਈ ਦੇ ਮਾਂਗਰ ਆਪਾਂ ਜਿੱਦਾਂ ਲਗਾ ਦਿੰਦੇ ਹਾਂ ਉੱਦਾਂ ਤੁਸੀਂ ਲਾ ਦੇਣਾ। ਇਸ ਤੋਂ ਬਾਅਦ ਦੁਬਾਰਾ ਪਲੱਸ ਦੇ ਆਈਕਨ ਦੇ ਕਰਕੇ ਫਰੋਮ ਗੈਲਰੀ। ਇਸ ਤੋਂ ਬਾਅਦ ਆਪਾਂ ਤਾਜ ਦਾ ਜੋ ਸਟਿੱਕਰ ਆ ਉਹ ਲਗਾਵਾਂਗੇ, ਇਸ ਨੂੰ ਥੋੜ੍ਹਾ ਜਿਹਾ ਕਰੋਪ ਕਰ ਲੈਣਾ ਇੱਦਾਂ ਅੱਖਰ ਆ ਗਏ ਵਿੱਚ। ਇਸ ਤੋਂ ਬਾਅਦ ਟਿੱਕ ਦੇ ਆਪਸ਼ਨ 'ਤੇ ਕਲਿੱਕ ਕਰਕੇ ਇਸ ਤੋਂ ਬਾਅਦ ਇਸ ਨੂੰ ਥੋੜ੍ਹਾ ਜਿਹਾ ਟੇਢਾ ਕਰਕੇ ਸਾਈਜ਼ ਥੋੜ੍ਹਾ ਜਿਹਾ ਘਟਾ ਕੇ ਇਸ ਤੋਂ ਬਾਅਦ ਇੱਦਾਂ ਤੁਸੀਂ ਇਹ ਲੋਗੋ ਤਿਆਰ ਕਰ ਸਕਦੇ ਹੋ। ਇਸ ਤੋਂ ਬਾਅਦ ਦੂਸਰਾ ਲੋਗੋ ਤੁਹਾਨੂੰ ਦੱਸਾਂਗਾ ਉਹ ਕਿੱਦਾਂ ਤਿਆਰ ਕਰਨਾ। ਇਸ ਤੋਂ ਬਾਅਦ ਆਪਾਂ ਦੂਜਾ ਜੋ ਲੋਗੋ ਤਿਆਰ ਕਰਨਾ ਉਸ ਲਈ ਵਾਈਟ ਬੈਕਗਰਾਊਂਡ ਲਵਾਂਗੇ। ਇਸ ਤੋਂ ਬਾਅਦ ਤੁਸੀਂ ਦੋ ਸਰਕਲਾਂ ਵਾਲੇ 'ਤੇ ਇਹਦੂ ਬਾਅਦ ਸੇਵਸ 'ਤੇ ਕਰਕੇ ਕਲਿੱਕ, ਇਸ ਤੋਂ ਬਾਅਦ ਆਪਾਂ ਇਸਦਾ ਕਲਰ ਆਪਾਂ ਬਲੈਕ ਕਰ ਲਵਾਂਗੇ। ਇਸ ਤੋਂ ਬਾਅਦ ਟਿੱਕ ਦੇ ਆਪਸ਼ਨ 'ਤੇ ਕਲਿੱਕ ਕਰ ਦੇਵਾਂਗੇ। ਇਸ ਤੋਂ ਬਾਅਦ ਇੱਦਾਂ ਇਸ ਨੂੰ ਬਰੀਕ ਕਰ ਲੈਣਾ। ਇਸ ਤੋਂ ਬਾਅਦ ਇੱਧਰ ਆ ਕੇ ਇਸ ਤੋਂ ਬਾਅਦ ਇਸਦਾ ਇੰਬੋਸ ਇਨੇਬਲਡ ਕਰ ਦੇਣਾ। ਇਸ ਤੋਂ ਬਾਅਦ ਟਿੱਕ ਦੇ ਆਪਸ਼ਨ 'ਤੇ ਕਲਿੱਕ ਕਰ ਦੇਣਾ। ਇਸ ਤੋਂ ਬਾਅਦ ਆਪਾਂ ਇੱਦਾਂ ਦੀਆਂ ਤਿੰਨ ਲਾਈਨਾਂ ਥੋੜ੍ਹੇ ਥੋੜ੍ਹੇ ਗੈਪ 'ਤੇ ਆਪਾਂ ਲਾਵਾਂਗੇ, ਜਿੱਦਾਂ ਆਪਾਂ ਛੋਟੇ ਛੋਟੇ ਗੈਪ 'ਤੇ ਆਪਾਂ ਇੱਦਾਂ ਲਾਈਨਾਂ ਲਗਾ ਲੈਣੀਆਂ। ਇਸ ਤੋਂ ਬਾਅਦ ਸੇਵਸ 'ਤੇ ਕਲਿੱਕ ਕਰਕੇ ਇਸ ਤੋਂ ਬਾਅਦ ਟਿੱਕ ਦੇ ਆਪਸ਼ਨ 'ਤੇ ਕਲਿੱਕ ਕਰਕੇ ਇਸ ਤਰ੍ਹਾਂ ਦਾ ਡੱਬੇ ਨੂੰ ਆਪਾਂ ਲਾਈਨਾਂ ਨੂੰ ਟੇਢੇ ਆਕਾਰ 'ਤੇ ਆਪਾਂ ਕੱਟ ਲਵਾਂਗੇ। ਇੱਦਾਂ ਕੱਟ ਕੇ ਇਸ ਤੋਂ ਬਾਅਦ ਆਪਾਂ ਇੱਕ ਹੋਰ ਡੱਬਾ ਲੈ ਕੇ ਇਸ ਤੋਂ ਬਾਅਦ ਇਸ ਨੂੰ ਇੱਦਾਂ ਡੇਢ ਲੋਟ 'ਤੇ ਇੱਧਰੋਂ ਆਪਾਂ ਕੱਟ ਲਵਾਂਗੇ। ਇਸ ਤੋਂ ਬਾਅਦ ਆਪਾਂ ਸੇਫ 'ਤੇ ਕਲਿੱਕ ਕਰਕੇ ਇਸ ਤੋਂ ਬਾਅਦ ਇਸ ਨੂੰ ਸਰਕਲ ਦਾ ਕਰ ਦੇਵਾਂਗੇ। ਇਸ ਤੋਂ ਬਾਅਦ ਆਪਾਂ ਟਿੱਕ ਦੇ ਆਪਸ਼ਨ 'ਤੇ ਕਲਿੱਕ ਕਰਕੇ ਇਸ ਆਪਾਂ ਗੋਲਾਕਾਰ ਨੂੰ ਇੱਦਾਂ ਆਪਾਂ ਸੈੱਟ ਕਰ ਦੇਵਾਂਗੇ। ਇਸ ਤੋਂ ਬਾਅਦ ਆਪਾਂ ਇੱਕ ਹੋਰ ਗੋਲਾਕਾਰ ਸਰਕਲ ਲਵਾਂਗੇ।
ਇਸ ਦਾ ਕਲਰ ਆਪਾਂ ਬਲੈਕ ਕਰ ਲਵਾਂਗੇ। ਇਸ ਤੋਂ ਬਾਅਦ ਟਿਕ ਦੇ ਆਪਸ਼ਨ 'ਤੇ ਕਲਿੱਕ ਕਰਕੇ ਇਸ ਨੂੰ ਇਸ ਦੇ ਵਿੱਚ ਪਹਿਲਾਂ ਵਾਲੇ ਸਰਕਲ ਵਿੱਚ ਆਪਾਂ ਸੈੱਟ ਕਰ ਦੇਵਾਂਗੇ। ਇਸ ਤੋਂ ਬਾਅਦ ਆਪਾਂ ਇੱਧਰ ਆ ਕੇ ਇਸ ਇੰਬੋਸ ਇਸ ਦੀ ਇਨੇਬਲਡ ਕਰ ਦੇਵਾਂਗੇ ਅਤੇ ਇਸ ਤੋਂ ਬਾਅਦ ਆਪਾਂ ਇਨਰ ਸੈਂਡੋ ਜਿਹੜੀ ਲਿਖੀ ਆ ਸੈਡੋ ਇਸ ਤੋਂ ਇਸ ਨੂੰ ਇਨੇਬਲਡ ਕਰਕੇ ਇਸ ਦਾ ਕਲਰ ਆਪਾਂ ਯੈਲੋ ਕਰ ਦੇਵਾਂਗੇ ਅਤੇ ਇਸ ਦੀ ਬਲਰ ਥੋੜ੍ਹੀ ਜਿਹੀ ਵਧਾ ਦੇਵਾਂਗੇ। ਇਸ ਤੋਂ ਬਾਅਦ ਟਿੱਕ ਦੇ ਆਪਸ਼ਨ 'ਤੇ ਕਲਿੱਕ ਕਰ ਦੇਵਾਂਗੇ। ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਆਪਾਂ ਅੱਖਰ ਲਿਖਾਂਗੇ। ਇਸ ਤੋਂ ਬਾਅਦ ਏ 'ਤੇ ਕਲਿੱਕ ਕਰਕੇ ਇਸ ਤੋਂ ਬਾਅਦ ਨਿਊ ਟੈਸਟ 'ਤੇ ਕਲਿੱਕ ਕਰਕੇ ਇਸ ਤੋਂ ਬਾਅਦ ਆਪਾਂ ਇੱਥੇ ਆਪਾਂ ਜਿੱਦਾਂ ਕਿ ਚੈਨਲ ਦਾ ਨਾਮ ਏ ਤੋਂ ਸ਼ੁਰੂ ਹੁੰਦਾ ਉੱਦਾਂ ਆਪਾਂ ਏ ਲਿਖ ਕੇ ਓਕੇ ਕਰ ਦੇਵਾਂਗੇ। ਇਸ ਤੋਂ ਬਾਅਦ ਆਪਾਂ ਫੌਂਟ 'ਤੇ ਜਾ ਕੇ ਆਪਾਂ ਇਸ ਅੱਖਰ ਦਾ ਆਪਾਂ ਆਕਾਰ ਬਦਲ ਲਵਾਂਗੇ ਜਿੱਦਾਂ ਕਿ ਆਪਾਂ ਇਸ ਦਾ ਆਕਾਰ 20D ਵੀਲ ਜੋ ਲਿਖਿਆ ਉਸ 'ਤੇ ਕਲਿੱਕ ਕਰਕੇ ਇਸ ਤੋਂ ਬਾਅਦ ਓਕੇ ਕਰ ਦੇਵਾਂਗੇ। ਇਸ ਤੋਂ ਬਾਅਦ ਆਪਾਂ ਟੈਕਸਚਰ 'ਤੇ ਕਲਿੱਕ ਕਰਕੇ ਇਸ ਤੋਂ ਬਾਅਦ ਗੈਲਰੀ ਵਿੱਚ ਜਾ ਕੇ ਉਹ ਆਪਾਂ ਜੋ ਗੋਲਡ ਵਾਲਪੇਪਰ ਆ ਉਸਨੂੰ ਆਪਾਂ ਸਿਲੈਕਟ ਕਰਾਂਗੇ। ਇਸ ਤੋਂ ਬਾਅਦ ਟਿੱਕ ਦੇ ਆਪਸ਼ਨ 'ਤੇ ਇਸ ਤੋਂ ਬਾਅਦ ਆਪਾਂ ਇੱਧਰ ਆ ਕੇ ਇਸ ਨੂੰ 3D ਇਨੇਬਲਡ ਕਰ ਦੇਵਾਂਗੇ ਅਤੇ ਇਸ ਦਾ ਇੰਬੋਸ ਇਨੇਬਲਡ ਕਰ ਦੇਵਾਂਗੇ। ਇਸ ਤੋਂ ਬਾਅਦ ਆਪਾਂ ਨੀਚੇ ਇੱਕ ਹੋਰ ਟੈਕਸਟ ਲਿਖਾਂਗੇ ਜਿੱਦਾਂ ਕਿ ਅਡਿਕਟਿਜ ਉੱਦਾਂ ਆਪਾਂ ਲਿਖ ਲਵਾਂਗੇ ਵੱਡੇ ਅੱਖਰਾਂ 'ਚ। ਇਸ ਤੋਂ ਬਾਅਦ ਇੱਦਾਂ ਆਪਾਂ ਇਹਦਾ ਕਲਰ ਆਪਾਂ ਵਾਈਟ ਕਰ ਲਵਾਂਗੇ ਅਤੇ ਇਸ ਦਾ 3D ਵੀ ਇਨੇਬਲਡ ਕਰ ਦੇਵਾਂਗੇ ਅਤੇ ਇੰਬੋਸ ਵੀ ਇਨੇਬਲਡ ਕਰ ਦੇਵਾਂਗੇ ਅਤੇ ਇਸ ਦਾ ਫੌਂਟ ਆਪਾਂ ਬਦਲ ਲਵਾਂਗੇ ਅੱਖਰਾਂ ਦਾ ਆਕਾਰ ਥੋੜ੍ਹਾ ਜਿਹਾ ਬਦਲ ਲਵਾਂਗੇ। ਇਸ ਤੋਂ ਬਾਅਦ ਆਪਾਂ ਪਲੱਸ ਦਾ ਆਈਕਨ 'ਤੇ ਕਰਕੇ ਫਰੋਮ ਗੈਲਰੀ ਇੱਥੇ ਆਪਾਂ ਇਸ 'ਤੇ ਆਪਾਂ ਇੱਕ ਸਟਿੱਕਰ ਲਾਵਾਂਗੇ। ਇਹ ਸਟਿੱਕਰ ਤੁਹਾਨੂੰ ਲਿੰਕ ਮੈਂ ਦੇ ਦੂੰਗਾ ਡਿਸਕ੍ਰਿਪਸ਼ਨ ਵਿੱਚ ਉੱਥੇ ਜਾ ਕੇ ਤੁਸੀਂ ਇਸ ਨੂੰ ਸੇਵ ਕਰ ਲਵੋਗੇ ਗੈਲਰੀ 'ਚ। ਇਸ ਤੋਂ ਬਾਅਦ ਇਸ ਨੂੰ ਥੋੜ੍ਹਾ ਜਿਹਾ ਆਪਾਂ ਕਰੋਪ ਕਰ ਲੈਂਦੇ ਹਾਂ ਇੱਦਾਂ ਕਰੋਪ ਕਰਕੇ ਇਸ ਤੋਂ ਬਾਅਦ ਆਪਾਂ ਏ 'ਤੇ ਇਸ ਨੂੰ ਸੈੱਟ ਕਰ ਦੇਵਾਂਗੇ। ਜੇ ਤੁਸੀਂ ਇਸ ਨੂੰ ਬਲੈਕ ਹੀ ਰੱਖਣਾ ਚਾਹੁੰਦੇ ਹੋ ਤਾਂ ਬਲੈਕ ਵੀ ਰੱਖ ਸਕਦੇ ਹੋ ਅਤੇ ਇਸ 'ਤੇ ਆਪਾਂ ਨਹੀਂ ਆਪਾਂ ਟੈਕਸਟ 'ਤੇ ਕਲਿੱਕ ਕਰਕੇ ਇਸ 'ਤੇ ਆਪਾਂ ਜੋ ਗੋਲਡ ਵਾਲਪੇਪਰ ਆ ਉਹਨੂੰ ਆਪਾਂ ਸਿਲੈਕਟ ਕਰ ਲਵਾਂਗੇ। ਇੱਦਾਂ ਤੁਸੀਂ ਇਹਦਾ ਕਲਰ ਵੀ ਤੁਸੀਂ ਬਦਲ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਇੰਬੋਸ 'ਤੇ ਜਾ ਕੇ ਇਸ ਨੂੰ ਇਨੇਬਲ ਕਰ ਦਿਓਗੇ। ਇੱਦਾਂ ਤੁਸੀਂ ਇਹ ਵੀ ਤੁਸੀਂ ਲੋਗੋ ਤਿਆਰ ਕਰ ਲਵੋਗੇ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ, ਸ਼ੁਕਰੀਆ।